ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਕਾਤਲ ਸੰਦੀਪ ਸੰਨੀ ਚੋਣਾਂ ਲੜਨ ਜਾ ਰਿਹਾ ਹੈ, ਉਸਦੇ ਪਰਿਵਾਰ ਦੇ ਵੱਲੋਂ ਇਹ ਐਲਾਨ ਕੀਤਾ ਗਿਆ। ਤਾਂ ਸੰਦੀਪ ਸੰਨੀ ਸੁਧੀਰ ਸੂਰੀ ਦਾ ਕਾਤਲ, ਸੁਧੀਰ ਸੂਰੀ ਦੇ ਵੱਲੋਂ ਅੰਮ੍ਰਿਤਸਰ ਵਿਖੇ ਧਰਨਾ ਲਗਾਇਆ ਗਿਆ ਸੀ। ਧਰਨੇ ਦੌਰਾਨ ਸੰਦੀਪ ਸੰਨੀ ਨੇ ਸੁਧੀਰ ਸੂਰੀ ਦੇ ਗੋਲੀਆਂ ਮਾਰ ਦਿੱਤੀਆਂ ਸੀ, ਜਿਸ ਤੋਂ ਬਾਅਦ ਸ਼ਰੇਆਮ ਗੋਲੀਆਂ ਮਾਰਨ ਤੋਂ ਬਾਅਦ ਉਹ ਫਰਾਰ ਹੋਇਆ। ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਹਾਲੇ ਵੀ ਸੰਨੀ ਜੇਲ੍ਹ ਦੇ ਵਿੱਚ ਹੈ। ਤੇ ਪਰਿਵਾਰ ਦਾ ਕਹਿਣਾ ਇਹ ਹੈ ਕਿ ਜੇਕਰ ਅੰਮ੍ਰਿਤਪਾਲ, ਜਿਸ ਦੇ ਉੱਤੇ NSA ਲੱਗੀ ਹੈ, ਉਹ ਚੋਣਾਂ ਲੜ ਸਕਦਾ ਹੈ ਤਾਂ ਸਾਡਾ ਸੰਦੀਪ ਸੰਨੀ ਕਿਉਂ ਨਹੀਂ? ਆਓ ਸੁਣਦੇ ਹਾਂ ਪਰਿਵਾਰ ਦਾ ਕੀ ਕਹਿਣਾ ਹੈ। ਮੈਨੂੰ ਬਹੁਤ ਜ਼ਿਆਦਾ ਮਾਣ ਆ ਮੇਰੇ ਵੀਰ ਉੱਤੇ, ਸਰਦਾਰ ਸੰਦੀਪ ਸਿੰਘ ਸੰਨੀ ਉੱਤੇ। ਇੱਥੇ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਬਹੁਤ ਲੀਡਰ ਤੁਰੇ ਫਿਰਦੇ ਨੇ, ਗੁਰੂ ਘਰ ਨੂੰ ਮੰਨਣ ਵਾਲੇ ਤੁਰੇ ਫਿਰਦੇ ਨੇ, ਪਰ ਇਹ ਜਿਹੜੀ ਵੱਡੀ ਗੰਦਗੀ, ਜਿਹੜਾ ਸੁਧੀਰ ਸੂਰੀ ਵੱਡੀ ਗੰਦਗੀ ਹੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ, ਜੇ ਸਾਡਾ ਵੀਰ ਉਹਨੂੰ ਸਾਫ਼ ਕਰ ਸਕਦਾ ਹੈ ਨਾ, ਅਤੇ ਜੇ ਉਹਨੂੰ ਆਪਾਂ ਦਿੱਲੀ ਦੇ ਵਿੱਚ ਭੇਜਾਂਗੇ ਨਾ, ਅਤੇ ਛੋਟੀਆਂ ਮੋਟੀਆਂ ਮੁਸ਼ਕਲਾਂ ਨੂੰ ਇੱਦਾਂ ਹੱਲ ਕਰ ਦੂਗਾ। ਇੰਨੀ ਬੇਨਤੀ ਅਰਦਾਸ ਦੀ, ਔਰ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਚਰਨਾਂ ਵਿੱਚ ਮੈਂ ਬੇਨਤੀ ਕਰਦਾ ਹਾਂ ਕਿ ਇੱਕ ਮੌਕਾ ਸਾਡੇ ਕੋਲ, ਸੁਨਹਿਰੀ ਮੌਕਾ। ਦੇਖੋ ਉਹਨੇ ਐਡਾ ਵੱਡਾ ਕਾਰਜ ਕੀਤਾ ਅਤੇ ਅਸੀਂ ਇੱਕ ਅੰਗੂਠਾ ਹੀ ਨੱਪਣਾ ਵਾ, ਇਹ ਸਾਡਾ ਫਰਜ਼ ਵਾ ਹਰ ਇੱਕ ਸਿੱਖ ਦਾ। ਔਰ ਜਿਹੜੇ ਸੂਰੀ ਦੇ ਅੰਮ੍ਰਿਤਧਾਰੀ, ਭਾਵੇਂ ਉਹ ਪੱਗਾਂ ਬੰਨਦੇ ਹੋਣ, ਗੁਰੂ ਮਹਾਰਾਜ ਨੂੰ ਮੰਨਦੇ ਵੀ ਹੋਣ, ਜਿਹੜੇ ਸੂਰੀ ਦੇ ਰਿਸ਼ਤੇਦਾਰ ਹੋਣਗੇ ਨਾ, ਉਹ ਨਹੀਂ ਵੋਟਾਂ ਪਾਉਣਗੇ। ਜਿਹੜੇ ਸੱਚੇ ਸੁੱਚੇ ਸਿੱਖ ਆਪਣੇ ਧਰਮ ਨੂੰ, ਆਪਣੇ ਇਸ਼ਟ ਨੂੰ ਔਰ ਆਪਣੇ ਗੁਰੂ ਨੂੰ ਮੰਨਦੇ ਹੋਣਗੇ ਨਾ, ਉਹ ਭਾਈ ਸੰਦੀਪ ਸਿੰਘ ਨੂੰ ਵੋਟਾਂ ਜ਼ਰੂਰ ਪਾਉਣਗੇ। ਕਾਫੀ ਚਿਰਾਂ ਤੋਂ ਸਾਨੂੰ ਸੰਗਤ ਦੇ ਅਪੀਲ ਹੋ ਰਹੀ ਸੀ ਸੰਗਤ ਵੱਲੋਂ ਕਿ ਸੰਦੀਪ ਸਿੰਘ ਨੂੰ ਚੋਣ ਦੇ ਮੈਦਾਨ 'ਚ ਉਤਾਰਿਆ ਜਾਵੇ, ਅਤੇ ਅਸੀਂ ਸੰਗਤ ਦੀ ਬੇਨਤੀ ਮੰਨ ਕੇ ਹੀ, ਸੰਗਤ ਨੇ ਕਿਹਾ ਹੈ ਅਤੇ ਆਪਾਂ ਸੰਗਤ ਦੀ ਬੇਨਤੀ ਮੰਨ ਕੇ ਹੀ ਇਹ ਚੀਜ਼ ਕੀਤੀ ਹੈ। ਅਤੇ ਅਸੀਂ ਸੰਗਤ ਨੂੰ ਹੁਣ ਕਹਿੰਦੇ ਕਿ ਵੱਧ ਚੜ੍ਹ ਕੇ ਸੰਦੀਪ ਸਿੰਘ ਦਾ ਸਾਥ ਦਿੱਤਾ ਜਾਵੇ, ਜਿਸ ਤਰ੍ਹਾਂ ਵੀ ਸੰਗਤ ਸਾਥ ਦੇ ਸਕਦੀ ਸੰਦੀਪ ਸਿੰਘ ਦਾ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ। ਦੇਖੋ ਸਾਰੀ ਡਿਸਕਸ਼ਨ ਹੋਣੀ ਮੀਟਿੰਗ, ਉਸ ਤੋਂ ਬਾਅਦ ਜਥੇਬੰਦੀਆਂ ਨਾਲ ਕਰ ਲੈਂਦੇ ਹਾਂ, ਉਸ ਤੋਂ ਬਾਅਦ ਪਤਾ ਲੱਗ ਜਾਏ ਕਿ ਚੋਣ ਪ੍ਰਚਾਰ ਅਸੀਂ ਕਿਸ ਤਰ੍ਹਾਂ ਸ਼ੁਰੂ ਕਰ ਰਹੇ ਹਾਂ। ਦੇਖੋ ਜੀ, ਇਹ ਮਹਿਸੂਸ ਹੁਣ ਇਹ ਸਤਿਗੁਰੂ ਨੂੰ ਪਤਾ ਜੀ ਕਿਹੜੇ ਰਾਹ 'ਤੇ ਅਸੀਂ ਤੋਰਿਆ ਸਾਨੂੰ, ਅਤੇ ਮਾਲਕ ਨੂੰ ਪਤਾ ਵੀ ਕਿਸ ਤਰ੍ਹਾਂ ਹੋਣਾ ਕੰਮ, ਅਤੇ ਸਾਨੂੰ ਤਾਂ ਕੁਛ ਪਤਾ ਵੀ ਨਹੀਂ ਆ ਵੀ ਤੁਹਾਨੂੰ ਕਹੀਏ ਕਿ ਸਾਨੂੰ ਸਾਰਾ ਕੁਛ ਆਈਡੀਆ ਵਜੇ ਕਿਵੇਂ ਕਰ ਲੈਣਾ ਕਿਵੇਂ ਨਹੀਂ ਕਰਨਾ। ਹਾਂਜੀ, ਹੋਈ ਹੁਣ ਡਿਸਕਸ਼ਨ ਜਥੇਬੰਦੀਆਂ ਨਾਲ, ਮੀਟਿੰਗ ਕਰਨ ਤੋਂ ਪਹਿਲਾਂ ਵੀ ਆਪਾਂ ਗੱਲਬਾਤ ਹੋਈ ਸੀ। ਉਹਨਾਂ ਨੇ ਕਿਹਾ ਸੀ ਇੱਕ ਵਾਰੀ ਆਪਣੇ ਐਡਵੋਕੇਟ ਸਾਹਿਬ ਨੂੰ ਪੁੱਛ ਲਓ ਤੁਸੀਂ ਸੰਦੀਪ ਸਿੰਘ ਚੋਣ ਲੜ ਸਕਦਾ ਵਾ, ਅਤੇ ਆਪਾਂ ਉਹਨੂੰ ਚੋਣ ਮੈਦਾਨ 'ਚ ਉਤਾਰਨਾ ਚਾਹੁੰਦੇ ਹਾਂ, ਅਤੇ ਇੱਕ ਵਾਰੀ ਉਹਨਾਂ ਨਾਲ ਜ਼ਰੂਰ ਗੱਲਬਾਤ ਕਰੋ। ਅਤੇ ਅਸੀਂ ਆਪਣਾ ਵਕੀਲ ਸਾਹਿਬ ਨਾਲ ਕੀਤੀ ਗੱਲਬਾਤ, ਉਹ ਕਹਿੰਦੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਉਹ ਚੋਣ ਲੜ ਸਕਦਾ ਵਾ। ਅਸੀਂ ਜੀ, ਪਹਿਲਾਂ ਤਾਂ ਮੁੱਦਾ ਸਾਡਾ ਬੰਦੀ ਸਿੰਘਾਂ ਦਾ ਵਾ ਜੀ, ਜਿਹੜੇ ਸਾਡੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ, ਅਤੇ ਆਪਾਂ ਪਹਿਲਾਂ ਸਾਡਾ ਮੁੱਦਾ ਉਹ ਵਾ, ਅਤੇ ਉਸ ਤੋਂ ਬਾਅਦ ਨਸ਼ੇ ਦਾ ਮੁੱਦਾ ਵਾ। ਦੇਖੋ, ਨੌਜਵਾਨੀ ਸਾਰੀ ਖਤਮ ਕੀਤੀ ਜਾ ਰਹੀ ਹੈ ਆਪਣੀ, ਨੌਜਵਾਨੀ ਨੂੰ ਖਤਮ ਕਰਨ ਦਾ, ਨੌਜਵਾਨੀ ਨੂੰ ਸਾਰੀ ਖਤਮ ਕੀਤੀ ਜਾ ਰਹੀ ਹੈ। ਬੰਦੀ ਸਿੰਘਾਂ ਦਾ ਮੁੱਦਾ ਵਾ ਆਪਣਾ ਮੇਨ ਮੁੱਦਾ, ਆਪਣਾ ਇਹ ਹੈ ਬੰਦੀ ਸਿੰਘਾਂ ਦੇ ਨਸ਼ੇ ਦਾ ਮੁੱਦਾ। ਹਾਂਜੀ, ਸੰਦੀਪ ਸਿੰਘ ਜੀ ਨਾਲ ਗੱਲ ਹੋਈ ਹੈ ਸਾਡੀ, ਭਾਈ ਸੰਦੀਪ ਸਿੰਘ ਜੀ ਨਾਲ, ਅਤੇ ਉਹਨਾਂ ਨੇ ਇਹੋ ਕਿਹਾ ਵਾ ਕਿ ਆਪਣਾ ਜਿੱਦਾਂ ਸੰਗਤ ਨੂੰ ਮਨਜ਼ੂਰ ਆ, ਅਤੇ ਮੈਂ ਵੀ ਸੰਗਤ ਦਾ ਵਾਂ, ਅਤੇ ਸੰਗਤ ਨਾਲ ਹੀ, ਸੰਗਤ ਦੇ ਅਪੀਲ ਦੇ ਨਾਲ ਹੀ ਸਾਰਾ ਕੰਮ ਹੋਇਆ ਵਾ।